ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਪੀਐਸਟੈਟ ਇਗਜ਼ਾਮ ਦੀ ਗੱਲ ਕਰਨ ਜਾ ਰਹੇ ਹਾਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਪੀਐਸਟੈਟ ਦਾ ਸਰਕਾਰੀ ਨੋਟੀਫਿਕੇਸ਼ਨ ਜਾਂ ਫਿਰ ਆਫੀਸ਼ੀਅਲ ਨੋਟੀਫਿਕੇਸ਼ਨ ਨਿਊਜ਼ਪੇਪਰ ਦੇ ਵਿੱਚ ਜਾਰੀ ਕੀਤਾ ਜਾ ਚੁੱਕਿਆ ਆ ਇਹਨਾਂ ਦੀ ਵੈਬਸਾਈਟ ਵੀ ਬਣਾ ਦਿੱਤੀ ਗਈ ਹੈ ਐਂਡ ਦੋਸਤੋ ਅੱਜ ਜਿਹੜੀ ਇਹ ਵੀਡੀਓ ਹੈਗੀ ਆ ਏ ਮੈਂ ਲਗਭਗ ਮਾਰਨਿੰਗ ਦੇ 10 ਵਜੇ ਰਿਕਾਰਡ ਕਰ ਰਿਹਾ ਅੱਜ ਮੈਂ ਸਕੂਲ ਨਹੀਂ ਗਿਆ ਕਿਉਂਕਿ ਵੇਖ ਸਕਦੇ ਹੋ ਤੁਸੀਂ ਮੇਰੇ ਹੱਥ ਕੱਲ ਮੈਂ ਪੰਚਾਇਤੀ ਇਲੈਕਸ਼ਨਾਂ ਵਿੱਚ ਇਲੈਕਸ਼ਨ ਡਿਊਟੀ ਦਿੱਤੀ ਸੀਗੀ ਤੇ 15 ਤਰੀਕ ਦਾ ਮੈਂ ਮਾਰਨਿੰਗ ਦਾ 4 ਵਜੇ ਦਾ ਉੱਠਿਆ ਹੋਇਆ ਤੇ ਅੱਜ 16 ਤਰੀਕ ਨੂੰ 4 ਵਜੇ ਮੈਂ ਵਾਪਸ ਆਇਆ ਡਿਊਟੀ ਦੇ ਕੇ ਸੋ ਕਾਫੀ ਟਾਈਮ ਹੋ ਗਿਆ ਸਗਾ ਤੇ ਲਗਭਗ ਨੀਂਦ ਵੀ ਮੇਰੀ ਨਹੀਂ ਪੂਰੀ ਹੋਈ ਸੋ ਅਪਡੇਟ ਦੇ ਲਈ ਇਹ ਵੀਡੀਓ ਬਣਾਈ ਸੀਗੀ ਕਿ ਮੈਂ ਤੁਹਾਨੂੰ ਜਿਹੜੀ ਜਾਣਕਾਰੀ ਹੈਗੀ ਅਜੀ ਉਹ ਪ੍ਰੋਵਾਈਡ ਕਰਵਾ ਦਵਾਂ ਸੋ 2-4 ਦਿਨ ਪਹਿਲਾਂ ਵੀ ਮੈਂ ਇੱਕ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਹੋ ਸਕਦਾ ਆ ਕਿ 1 ਦਸੰਬਰ ਨੂੰ ਤੁਹਾਡਾ ਐਗਜ਼ਾਮ ਹੋਵੇ ਬਟ ਮੈਂ ਤੁਹਾਨੂੰ ਇਹ ਗੱਲ ਵੀ ਮੈਂਸ਼ਨ ਕਰ ਦਿੱਤੀ ਸੀਗੀ ਕਿਉਂਕਿ 10000 ਵਿਊ ਸੀਗੇ ਉਸ ਵੀਡੀਓ ਦੇ ਉੱਤੇ ਕਿ ਤੁਹਾਡਾ ਜਿਹੜਾ ਨੋਟੀਫਿਕੇਸ਼ਨ ਹੈਗਾ ਆ 16 ਜਾਂ ਫਿਰ 17 ਤਰੀਕ ਨੂੰ ਜਾਰੀ ਹੋ ਜਾਏਗਾ ਇਹ ਪੱਕੀ ਗੱਲ ਹੈ ਗੱਲ ਗੱਲ ਕਰਦੇ ਆ ਪੀਐਸਟੈਟ ਐਗਜ਼ਾਮ ਦੇ ਕਿ ਕੌਣ-ਕੌਣ ਅਪਲਾਈ ਕਰ ਸਕਦਾ ਆ ਕਦੋਂ ਤੋਂ ਅਪਲਾਈ ਹੋ ਸਕਦੇ ਆ ਜਿਹੜੇ ਫਾਰਮ ਹੈ ਗਿਆ ਜੀ ਤੇ ਹੋਰ ਵੀ ਦੋ ਚਾਰ ਗੱਲਾਂ ਹੋਣਗੀਆਂ ਜੀ ਉਹ ਵੀ ਡਿਸਕਸ਼ਨ ਆਪਾਂ ਕਰਾਂਗੇ ਸੋ ਬੀਐਡ ਜਿਨ੍ਹਾਂ ਨੇ ਕੀਤੀ ਹੁੰਦੀ ਆ ਜਿਨ੍ਹਾਂ ਨੇ ਈਟੀਟੀ ਕੀਤੀ ਹੁੰਦੀ ਆ ਉਹ ਸਾਥੀ ਇਸ ਪੇਪਰ ਨੂੰ ਫਿਲ ਕਰ ਸਕਦੇ ਆ ਤੇ ਇਸ ਪੇਪਰ ਨੂੰ ਪਾਸ ਕਰਨ ਦਾ ਫਾਇਦਾ ਕੀ ਆ ਜੇਕਰ ਤੁਸੀਂ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਬਣਨਾ ਆ ਤਾਂ ਤੁਹਾਨੂੰ ਜਿਹੜਾ ਟੈਟ ਦਾ ਸਰਟੀਫਿਕੇਟ ਹੈਗਾ ਆ ਟੀਚਰ ਐਲੀਜੀਬਿਲਟੀ ਟੈਸਟ ਪੰਜਾਬ ਦਾ ਉਹ ਤੁਹਾਨੂੰ ਪਾਸ ਕਰਨਾ ਪੈਣਾ ਆ 2024 ਦਾ ਜਿਹੜਾ ਵੈਸੇ ਤਾਂ ਪੁਰਾਣਾ ਆਪਣਾ ਪੀਐਸਟ ਹੈਗਾ ਯਾ ਸੋ ਇਹ ਜਿਹੜਾ ਪੇਪਰ ਹੈਗਾ ਯਾ एग्जाम ਤੁਹਾਡਾ ਕਦੋਂ ਹੋਣਾ ਯਾ 1 ਦਸੰਬਰ ਨੂੰ ਤੁਹਾਡਾ ਜਿਹੜਾ एग्जाम ਹੈਗਾ ਜੀ ਉਹ ਕੰਡਕਟ ਕਰਵਾਇਆ ਜਾਏਗਾ ਤੇ ਆਨਲਾਈਨ ਪੋਰਟਲ ਕਦੋਂ ਆਪਨ ਹੋਜੂਗਾ ਆਨਲਾਈਨ ਪੋਰਟਲ ਵੈਸੇ ਜਦੋਂ ਵੀ ਇਹਨਾਂ ਵੱਲੋਂ ਇਸ ਤਰ੍ਹਾਂ ਦਾ ਸਰਕਾਰੀ ਪੱਤਰ ਜਾਰੀ ਹੋ ਜਵੇ ਤਾ ਇੱਕ ਤੋਂ ਲੈ ਕੇ ਦੋ ਦਿਨ ਜਾਂ ਫਿਰ ਤਿੰਨ ਦਿਨ ਵੀ ਲੱਗ ਸਕਦੇ ਹੁੰਦੇ ਆ ਸੋ ਤੁਸੀਂ ਕਮੈਂਟ ਸੈਕਸ਼ਨ ਵਿੱਚ ਬਾਰ ਬਾਰ ਇਹ ਨਾ ਪੁੱਛਿਓ ਕਿ ਸਰ ਵੈਬਸਾਈਟ ਕਿਹੜੀ ਆ ਵੈਬਸਾਈਟ ਵੈਸੇ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨਾ ਮੈਂ ਪ੍ਰੋਵਾਈਡ ਕਰਵਾ ਦੂੰਗਾ ਉਹ ਜੇ ਲਿੰਕ ਓਪਨ ਨਹੀਂ ਹੋਇਆ ਸੋ ਦੋ ਤਿੰਨ ਦਿਨ ਆਰਾਮ ਨਾਲ ਲੱਗ ਜਾਣਗੇ ਤੇ ਕਾਲ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ ਤੇ 1 ਦਸੰਬਰ ਨੂੰ ਤੁਹਾਡਾ ਪੇਪਰ ਆਉਣਾ ਆ ਦੋ ਤਿੰਨ ਦਿਨਾਂ ਤੱਕ ਜਾਂ ਫਿਰ ਅੱਜ ਸ਼ਾਮ ਤੱਕ ਜਾਂ ਫਿਰ ਕੱਲ ਸ਼ਾਮ ਤੱਕ ਜਾਂ ਫਿਰ ਪਰਸੋਂ ਤੱਕ ਜਿਹੜਾ ਇਹਨਾਂ ਵੱਲੋਂ ਆਨਲਾਈਨ ਪੋਰਟਲ ਹੈਗਾ ਜੀ ਓਪਨ ਕਰ ਦਿੱਤਾ ਜਾਊਗਾ ਰਜਿਸਟ੍ਰੇਸ਼ਨ ਵੀ ਸਟਾਰਟ ਹੋ ਜਾਣੀ ਆ ਤੇ ਇਸ ਫਾਰਮ ਨੂੰ ਕੌਣ-ਕੌਣ ਫਿਲ ਕਰ ਸਕਦਾ ਆ ਜਿਨ੍ਹਾਂ ਨੇ बीएड ਜਾਂ ਫਿਰ ਈਟਟੀ ਕੀਤੀ ਹੁੰਦੀ ਆ ਕਾਫੀ ਵਾਰ ਡਾਊਟ ਆ ਜਾਂਦੇ ਆ ਕਿ ਸਰ ਅਸੀਂ ਪਹਿਲੇ ਸੈਮੈਸਟਰ ਵਿੱਚ ਹੈਗੇ ਆ ਸੀਟੈਟ ਤਾਂ ਅਸੀਂ ਪੜ੍ਹ ਸਕਦੇ ਆ ਪੀਐਸਟੈਟ ਕਿਉਂ ਨਹੀਂ ਪੜ੍ਹ ਸਕਦੇ ਪੀਐਸਟੈਟ ਬਿਲਕੁਲ ਤੁਸੀਂ ਪੜ੍ਹ ਸਕਦੇ ਹੋ ਇਹਦੇ ਬਾਰੇ ਕਲੀਅਰ ਗਾਇਡਲਾਈਨ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਹੁੰਦੀਆਂ ਨਹੀਂ ਬਟ ਮੰਨ ਲਓ ਕਿ ਜੇਕਰ ਕਿਸੇ ਪਰਸਨ ਨੇ ਫਰਸਟ ਸੈਮੈਸਟਰ ਵਿੱਚ ਆਪਦਾ ਪੀਐਸਟੈਟ ਦਾ ਪੇਪਰ ਪਾਸ ਕਰ ਲਿਆ ਤੇ ਇਨ ਫਿਊਚਰ ਕੋਰਸ ਕੀਸਾ ਦੀ ਹੈਲਪ ਨਾਲ ਉਹ ਆਪਦੇ ਆਪ ਨੂੰ ਕਿਸੇ ਵੀ ਭਰਤੀ ਵਿੱਚ ਕਨਸਿਡਰ ਕਰਵਾ ਸਕਦਾ ਆ ਜੇ ਉਸ ਟਾਈਮ ਦੇ ਵਿੱਚ ਜਿਹੜੀ ਭਰਤੀ ਲਈ ਉਹਨੇ ਅਪਲਾਈ ਕੀਤਾ ਆ ਉਸ ਟਾਈਮ ਤੱਕ ਜੇਕਰ ਉਹ ਸਾਰੀਆਂ ਕੁਆਲੀਫਿਕੇਸ਼ਨਾਂ ਪੂਰੀਆਂ ਕਰਦਾ ਆ ਹੋਪਸੋ ਮੇਰੀ ਇਸ ਲਾਈਨ ਨੇ ਕਾਫੀ ਸਾਰਿਆਂ ਦੇ ਡਾਊਟ ਕਲੀਅਰ ਕਰਤੇ ਹੋਣੀਆਂ ਕੁਝ ਗੱਲਾਂ ਦੇ ਜਿਹੜੇ ਜਵਾਬ ਹੁੰਦੇ ਨੇ ਸੀ ਉਹ ਕਲੀਅਰ ਘਟ ਨਹੀਂ ਦਿੱਤੇ ਜਾ ਸਕਦੇ ਹੁੰਦੇ ਤੇ ਪੀਐਸਟੈਟ ਦੀ ਐਲੀਜੀਬਿਲਟੀ ਨੂੰ ਲੈ ਕੇ ਗੱਲ ਕਰ ਲਈ ਕੌਣ-ਕੌਣ ਫਿਲ ਕਰ ਸਕਦਾ ਆ ਇਹਦੀ ਗੱਲ ਆਪਾਂ ਕਰ ਲਈ ਆ 1 ਦਸੰਬਰ ਨੂੰ ਤੁਹਾਡਾ ਪੇਪਰ ਹੋਣਾ ਆ ਇਹਦੀ ਗੱਲ ਵੀ ਆਪਾਂ ਕਰ ਚੁੱਕੇ ਆ ਦੋ ਤਿੰਨ ਦਿਨਾਂ ਤੱਕ ਇਹਨਾਂ ਵੱਲੋਂ ਰਜਿਸਟ੍ਰੇਸ਼ਨ ਜਿਹੜਾ ਪੋਰਟਲ ਹੈਗਾ ਜੀ ਉਹ ਵੀ ਐਕਟਿਵ ਕਰ ਦਿੱਤਾ ਜਾਊਗਾ 150 ਨੰਬਰਾਂ ਦਾ ਪੇਪਰ ਹੁੰਦਾ ਆ ਪੀਐਸਟੈਟ ਦਾ ਜਿਹੜਾ ਪੇਪਰ ਹੈਗਾ ਆ ਤੇ ਇਹਦੇ ਵਿੱਚੋਂ ਵੈਸੇ ਲੈਣੇ ਹੁੰਦੇ ਆ 90 ਨੰਬਰ ਓਪਨ ਕੈਟਾਗਰੀ ਵਾਲੇ ਜਾਂ ਫਿਰ ਜਨਰਲ ਕੈਟਾਗਰੀ ਵਾਲੇ ਸਟੂਡੈਂਟਸ ਲਈ ਬਟ ਜਿਹੜੇ ਰਿਜ਼ਰਵ ਕੈਟਾਗਰੀ ਦੇ ਸਟੂਡੈਂਟ ਹੁੰਦੇ ਆ ਜੀ ਉਹਨਾਂ ਨੂੰ ਚਾਹੀਦੇ ਹੁੰਦੇ ਆ 82 ਨੰਬਰ ਬਟ ਤੁਸੀਂ ਕਦੇ ਵੀ ਇਹ ਟਾਰਗੇਟ ਲੈ ਕੇ ਜਾਣਾ ਨਹੀਂ ਆ ਤੁਸੀਂ ਇਹ ਮੰਨ ਕੇ ਚੱਲੋ ਕਿ ਅਸੀਂ 100 ਪਲੱਸ ਨੰਬਰ ਲੈਣੇ ਆ ਆਪਣੇ ਚੈਨਲ ਤੇ ਕਾਫੀ ਸਾਰੀਆਂ ਵੀਡੀਓਜ਼ ਆਲਰੇਡੀ ਅਪਲੋਡਡ ਨੇ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਆਪ ਦਾ ਪੇਪਰ ਕਲੀਅਰ ਕਰ ਸਕਦੇ ਹੋ ਕਿ ਪਾਸਟ ਵਿੱਚ ਐਵ ਦੇ ਸਟੂਡੈਂਟ ਹੈਗੇ ਆ ਜਿਨ੍ਹਾਂ ਨੇ ਆਪਣੀਆਂ ਵੀਡੀਓਜ਼ ਵੇਖ ਕੇ ਪੇਪਰ ਕਲੀਅਰ ਕੀਤਾ ਆ ਬਿਲਕੁਲ ਤੁਹਾਨੂੰ ਕੋਈ ਸਮਝ ਨਹੀਂ ਆ ਅਗੇ ਦਿਨ ਕੈਲਕੂਲੇਟ ਕਰ ਲਿਓ ਜਿੰਨੇ ਵੀ 45 50 ਦਿਨ ਤੁਹਾਡੇ ਬਣਦੇ ਹੈਗੇ ਆ ਅੱਜ ਵੇਖ ਲਓ ਅੱਜ 16 ਤਰੀਕ ਹੈਗੀ ਆ ਤੇ 1 ਦਸੰਬਰ ਨੂੰ ਜੇ ਤੁਹਾਡਾ ਪੇਪਰ ਆਉਣਾ ਹੈ ਦਿਨ ਤੁਹਾਡੇ ਜਿੰਨੇ ਵੀ ਬਣਦੇ ਹੁਣ ਤੁਸੀਂ ਇਹਨਾਂ ਦਿਨਾਂ ਨੂੰ ਜੇਕਰ ਪ੍ਰੋਪਰ ਯੂਟਿਲਾਈਜ਼ ਕਰ ਲੈਨੇ ਹੋ ਤਾਂ ਤੁਹਾਡਾ ਜਿਹੜਾ ਪੇਪਰ ਹੈਗਾ ਜੀ ਉਹ ਵਧੀਆ ਨੰਬਰਾਂ ਨਾਲ ਕਲੀਅਰ ਹੋ ਜਾਊਗਾ ਜਿਹੜਾ ਪਰਸਨ ਤੁਹਾਨੂੰ ਇਹ ਚੀਜ਼ਾਂ ਦੱਸ ਰਿਹਾ ਕਿ ਉਹਦਾ ਆਪਦਾ ਵੀ ਪੇਪਰ ਕਲੀਅਰ ਹੈ ਬਿਲਕੁਲ ਜੀ ਮੈਂ ਆਪਦਾ ਹੀ ਪੇਪਰ ਜਿਹੜੇ ਸੀਗੇ ਜੀ ਪਹਿਲੇ ਅਟੈਂਪਟ ਦੇ ਵਿੱਚ ਹੀ ਚੰਗੇ ਨੰਬਰਾਂ ਨਾਲ 1110 ਪਲੱਸ ਨੰਬਰਾਂ ਨਾਲ ਕਲੀਅਰ ਕਰ ਹੀ ਬੈਠਾ ਆ। ਸੋ ਕਿਤੇ ਇਹ ਨਾ ਸੋਚੇ ਕੋਈ ਜਿਹੜਾ ਪਰਸਨ ਸਾਨੂੰ ਦੱਸ ਰਿਹਾ ਉਹਦਾ ਆਪ ਦਾ ਪੇਪਰ ਕਲੀਅਰ ਹੈਗਾ ਕਿ ਨਹੀਂ ਹੈਗਾ। ਤੇ ਪੇਪਰ ਕਾਫੀ ਸੌਖਾ ਹੁੰਦਾ ਆ ਜਿਵੇਂ ਕਿ ਜਿਹੜਾ ਕੰਟੈਂਟ ਮੈਂ ਬੜਾਈ ਸਿੰਪਲਿਫਾਈਡ ਤਰੀਕੇ ਨਾਲ ਕਰਵਾਇਆ ਹੋਇਆ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਤੇ ਕਈ ਵਾਰ ਨਾ ਸਟੂਡੈਂਟ ਨੂੰ ਸਮਝ ਨਹੀਂ ਆਉਂਦੀ ਕਿ ਸਾਰਾ ਸੀ ਸ਼ੁਰੂਆਤ ਕਿਹੜੇ ਕੰਟੈਂਟ ਤੋਂ ਕਰੀਏ। ਤੁਸੀਂ ਸੀਡੀਪੀ ਤੋਂ ਸ਼ੁਰੂਆਤ ਕਰ ਸਕਦੇ ਹੋ। ਜਾਂ ਤੁਸੀਂ ਆਪ ਦਾ ਜਿਹੜਾ ਸਬਜੈਕਟ ਹੈਗਾ ਯਾ ਐਸਐਸਟੀ ਮੈਥ ਜਾਂ ਫਿਰ ਮੈਥ ਸਾਇੰਸ ਜਾਂ ਫਿਰ ਐਸਐਸਟੀ ਜਾਂ ਫਿਰ ਤੁਹਾਡਾ ਜਿਹੜਾ ਵੀ ਈਵੀਐਸ ਇਹਨਾਂ ਸਬਜੈਕਟਾਂ ਤੋਂ ਵੀ ਤੁਸੀਂ ਸ਼ੁਰੂਆਤ ਕਰ ਸਕਦੀ ਹੂੰ ਕਿਉਂਕਿ ਮੈਥ ਸਾਇੰਸ ਜਾਂ ਫਿਰ ਐਸਐਸਟੀ ਵਾਲਾ ਪੋਰਸ਼ਨ ਵੀ ਕਾਫੀ ਹੱਦ ਤੱਕ ਮੈਟਰ ਕਰਦਾ ਆ ਜਾਂ ਸੀਡੀਪੀ ਵਾਲਾ ਸੈਕਸ਼ਨ ਵੀ ਬਹੁਤ ਮੈਟਰ ਕਰਦਾ ਆ ਜਿਹਦੀ ਮੈਂ 6 ਘੰਟੇ ਦੀ ਮੈਰਾਥਨ ਕਲਾਸ ਆਲਰੇਡੀ ਚੈਨਲ ਤੇ ਪਾਈ ਹੋਈ ਆ ਉਹ ਮੈਨੂੰ ਲੱਗਦਾ ਨਹੀਂ ਵਾਰ-ਵਾਰ ਦੱਸਣ ਦੀ ਜਰੂਰਤ ਹੈਗੀ ਆ ਪੁਰਾਣੇ ਸਾਥੀ ਆਨ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੀ ਆ ਤੇ ਏਜ ਲਿਮਟ ਬਾਰੇ ਵੀ ਇੱਥੇ ਕੋਈ ਜ਼ਿਆਦਾ ਗੱਲ ਕੀਤੀ ਨਹੀਂ ਜਾਂਦੀ ਹੁੰਦੀ ਏਜ ਲਿਮਟ ਕਿਉਂਕਿ ਪੀਐਸਟੈਟ ਦੀਆਂ ਟੈਟ ਪ੍ਰੀ ਕੋਈ ਵੀ ਇਹਨੂੰ ਫਿਲ ਕਰ ਸਕਦਾ ਆ ਇਸ ਲਿਮਿਟ ਦਾ ਕੋਈ ਇੱਥੇ ਬਹੁਤਾ ਰੋਲਾ ਹੁੰਦਾ ਨਹੀਂ ਤੇ ਪਰਸੈਂਟੇਜ ਵੀ ਕਈ ਵਾਰ ਸਾਥੀ ਪੁੱਛਦੇ ਆ ਕਿ ਸਰ ਮੇਰੇ ਇੰਨੇ ਪਰਸੈਂਟੇਜ ਹੈਗੇ ਆ ਕੀ ਮੈਂ ਇਸ ਫਾਰਮ ਨੂੰ ਫਿਲ ਕਰ ਸਕਦਾ ਆ ਸੋ ਇੱਥੇ ਪਰਸੈਂਟੇਜ ਦੀ ਵੀ ਕੋਈ ਗੱਲ ਨਹੀਂ ਹੁੰਦੀ ਅੱਗੇ ਜਿਹੜੇ ਰਿਕਰੂਟਮੈਂਟ ਵਾਲੇ ਐਗਜ਼ਾਮ ਹੁੰਦੇ ਨੇ ਜੀ ਉੱਥੇ ਪਰਸੈਂਟੇਜ ਦਾ ਰੋਲਾ ਪੈ ਸਕਦਾ ਆ ਪਰ ਮੰਨ ਲਓ ਕੋਈ ਸਾਥੀ ਓਵਰ এজ ਹੋ ਰਿਹਾ ਤੇ ਉਹਦੇ ਕੋਲ ਕੋਈ ਸਰਟੀਫਿਕੇਟ ਹੈ ਨਹੀਂਗਾ ਤੇ ਜੇਕਰ ਉਹ ਕਿਸੇ ਪ੍ਰਾਈਵੇਟ ਸਕੂਲ ਵਿੱਚ ਅਪਲਾਈ ਕਰਨਾ ਚਾਹੁੰਦਾ ਆ ਤੇ ਇਹੋ ਜਿਹੇ ਸਰਟੀਫਿਕੇਟ ਹੋਣਗੇ ਤੇ ਉਸ ਪਰਸੈਂਟ ਦੀ ਜਿਹੜੀ ਵੈਲਿਊ ਹੈਗੀ ਆ ਜੀ ਉਹ ਵੱ ਸੋ ਦੋਸਤੋ ਐਸੀ ਕੀ ਅੱਜ ਦੀ ਆਪਣੀ ਵੀਡੀਓ ਉਮੀਦ ਹੈ ਮੈਂ ਇਹੀ ਕਰੂੰਗਾ ਸੈਸ਼ਨ ਤੁਹਾਨੂੰ 유ਸਫੁਲ ਲੱਗਿਆ ਹੋਊਗਾ ਤੇ ਜਿਹੜੇ ਵੀ 2-4 ਡਾਊਟ ਹੈਗੇ ਆ ਜੀ ਉਹ ਮੈਂ ਕਲੀਅਰ ਕਰਦੇ ਹੋਣੇ ਆ ਬਟ ਫਿਰ ਵੀ ਤੁਹਾਡੇ ਕੋਈ ਹੋਰ ਡਾਊਟਸ ਹੋਣ ਜੀ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਮੇਰੇ ਦੁਆਰਾ ਅਗਲੀ ਵੀਡੀਓ ਦੇ ਵਿੱਚ ਉਹਨਾਂ ਕਮੈਂਟਸ ਦੇ ਜਵਾਬ ਦੇ ਦਿੱਤੇ ਜਾਣਗੇ ਤੇ ਅੱਜ ਮੈਂ ਸਕੂਲ ਨਹੀਂ ਗਿਆ ਕਿਉਂਕਿ ਸਰਕਾਰ ਵੱਲੋਂ ਮੈਨੂੰ ਛੁੱਟੀ ਸੀਗੀ ਜਿਨ੍ਹਾਂ ਨੇ ਇਲੈਕਸ਼ਨ ਡਿਊਟੀ ਦਿੱਤੀ ਹੁੰਦੀ ਆ ਅਗਲੇ ਦਿਨ ਉਹਨਾਂ ਲਈ ਕਾਈਂਡ ਆਫ ਰੈਸਟ ਜੀ ਹੁੰਦੀ ਆ ਐਂਡ ਜਦੋਂ ਮੈਂ ਆਇਆ ਹੀ ਸਵੇਰ ਦੇ 4-5 ਵਜੇ ਆ ਤੇ ਫਿਰ ਮੇਰੇ ਲਈ ਫਿਰ ਸਕੂਲ ਜਾਣਾ ਕਿਵੇਂ ਹੈ ਨਾ ਪੋਸਿਬਲ ਹੋ ਸਕਦਾ ਆ ਸੋ ਦੋਸਤੋ ਉਮੀਦ ਮੈਂ ਇਹੀ ਕਰੂੰਗਾ ਸੈਸ਼ਨ ਵਧੀਆ ਲੱਗਿਆ ਹੋਊਗਾ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching God bless you all